ਘਰੇ ਬਹਿ ਕੇ ਰੁਪਈਏ ਕਮਾਉਣੇ ਆ। ਮੈਂ 50 ਤੋਂ 60 ਹਜ਼ਾਰ ਰੁਪਈਆ ਮਹੀਨੇ ਦਾ। ਜੇ GST ਦੀ ਗੱਲ ਆ, ਜੇ ਕੰਮ ਇਲੀਗਲ ਨਹੀਂ ਕੰਮ ਲੀਗਲ ਆ, ਇਹਦਾ ਦਰਖਤਾਂ ਨੂੰ ਲੱਗੇ ਲਾਈ ਜਾਂਦਾ, ਇੱਕ ਕਮਰੇ 'ਚ ਬਹਿ ਕੇ ਆਈ ਲਾਉਣੇ ਆ। 45 ਹਜ਼ਾਰ ਰੁਪਈਆ ਬਣ ਗਿਆ ਇੱਕ ਦਿਨ ਦਾ। ਯਾਰ ਮੇਰਾ ਕੰਮ ਆ ਬਈ, ਆਪਦਾ ਖੁਦ ਦਾ ਕੰਮ ਆ, ਖੁਦ ਦੇ ਕੰਮ 'ਚ ਤੁਹਾਨੂੰ ਕਹਿੰਦਾ ਨਵੇਂ ਇਨਵੀਟੇਸ਼ਨ ਕਾਰਡ ਭੇਜਿਆ ਵੀ ਆਓ। ਲੈ ਵੀ ਮਿੱਤਰੋ, ਘਰੇ ਬਹਿ ਕੇ ਰੁਪਈਏ ਕਮਾਉਣੇ ਆ, ਘਰੇ ਬਹਿ ਕੇ ਸੋਫੇ 'ਤੇ ਬੈੱਡ 'ਤੇ ਜਿੱਥੇ ਬੈਠੇ ਹੋ ਕਮਰੇ 'ਚ ਬਹਿ ਕੇ ਪੱਖੇ ਥੱਲੇ ਕਮਾਉਣੇ ਕਿਵੇਂ ਆ? 50 ਤੋਂ 60 ਹਜ਼ਾਰ ਰੁਪਈਆ ਮਹੀਨੇ ਦਾ ਫਰੀ ਬਣਾ ਸਕਦੇ ਹੋ, ਬਣਾਉਂਦੇ ਆ ਤਾਂ ਵੀਡੀਓ ਪਾਉਣ ਲੱਗੇ ਆ। ਸਹੀ ਕੰਮ ਆ। ਪਹਿਲੀ ਗੱਲ ਆ, ਜੂਆ ਨਹੀਂ, ਸ਼ੇਅਰ ਮਾਰਕੀਟ ਦੀਆਂ ਰੀਲਾਂ ਵੀਡੀਓਆਂ ਸ਼ਾਰਟ ਬਹੁਤ ਕੁਝ ਦੇਖਿਆ ਹੋਊ, ਪਰ ਆਏ ਉਂਗਲ ਸਿੱਧੀ ਤਾਂ ਉਹਨੂੰ ਵੱਜਦੀ ਆ। ਅਗਲਾ ਕਹਿੰਦਾ ਜੂਆ ਜੂਆ ਉਹਦੇ ਵਾਸਤੇ ਆ ਜਿਹਨੇ ਸਮਝ ਕੇ ਨਹੀਂ ਕਰਨਾ। ਹਰੇਕ ਕੰਮ 'ਚ ਕੰਮ ਕਰਕੇ ਫੀਲਡ 'ਚ ਉਤਰ ਕੇ ਪਤਾ ਲੱਗਦਾ ਕੀ ਚੀਜ਼ ਆ। ਪਹਿਲੀ ਗੱਲ, ਮਿਲੀਨੀਅਲ ਟਰੈਕ ਦੇ ਨਾਂ ਦੀ ਕੰਪਨੀ ਆ। ਗੂਗਲ 'ਤੇ ਜਾਓਗੇ, ਸਰਚ ਕਰੋਗੇ, ਉਹਦੇ 'ਚ ਤੁਹਾਨੂੰ ਦੱਸਦਾ ਪਹਿਲਾਂ ਮੈਂ ਕੀ ਚੀਜ਼ ਆ। ਦੋਨੇ ਪਾਸੇ ਤੁਹਾਡੇ ਟੈਂਪਲੇਟ ਚੱਲਦੇ ਆ, ਧਿਆਨ ਨਾਲ ਗੱਲ ਸੁਣਿਓ। ਪਹਿਲੀ ਗੱਲ ਜਿਹੜੀ ਕਰਾਂ ਸਭ ਤੋਂ ਪਹਿਲੀ, ਪ੍ਰਾਈਸ 'ਤੇ ਮਾੜਾ ਜਿਹਾ ਧਿਆਨ ਦਿਓ। ਉੱਤੇ ਵਾਲੀ ਲਾਈਨ 'ਚ ਆ ਰਹੇ ਹੋ, 18% GST ਲਿਖਿਆ ਹੋਇਆ। ਪਹਿਲਾਂ GST ਦੀ ਗੱਲ ਕਰਾਂ। GST ਦਾ ਮਤਲਬ ਹੁੰਦਾ, ਜੇ GST ਦੀ ਗੱਲ ਆ, ਜੇ ਕੰਮ ਇਲੀਗਲ ਨਹੀਂ ਕੰਮ ਲੀਗਲ ਆ, ਕੰਮ ਇੱਕ ਨੰਬਰ ਆ। ਜੇ 18% GST 18% GST ਸਰਕਾਰ ਨੂੰ ਇਹ ਕੰਪਨੀ ਦੇ ਸਕਦੀ ਆ, ਤਾਂ ਆਪਾਂ ਨੂੰ ਕਿੰਨਾ ਕਮਿਸ਼ਨ ਦਊਗੀ ਉਹ ਵੀ ਦੱਸ ਦਿੰਦਾ, ਵਹਿਮ ਕੱਢ ਦਿੰਦਾ। 90% ਕਮਿਸ਼ਨ ਇਹ ਕੰਪਨੀ ਆਪਾਂ ਨੂੰ ਦਊ। ਮੈਂ ਤੁਹਾਨੂੰ ਕਿਹਾ ਸੀ 40 ਤੋਂ 50 ਹਜ਼ਾਰ ਰੁਪਈਏ ਦੀ ਇਨਕਮ, ਇਦੋਂ ਵੱਧ ਵੀ ਹੋ ਸਕਦੀ ਹੈ ਯਾਰ, ਪਤਾ ਹੀ ਨਹੀਂ, ਇਹਦਾ ਕੋਈ ਤੋੜ ਹੀ ਨਹੀਂ। ਪੰਜਾਬੀ ਭਾਸ਼ਾ 'ਚ ਗੱਲ ਕਰੂੰ ਸਿੰਪਲ, ਸਮਝਿਓ ਹੁਣ ਪਹਿਲਾਂ ਖੱਬੇ ਸੱਜੇ ਟੈਂਪਲੇਟ ਚੱਲ ਰਹੇ ਆ, ਦੇਖਿਓ ਕਰਾਂ। ਸਭ ਤੋਂ ਪਹਿਲੀ ਗੱਲ, 18% GST ਦੇ ਥੱਲੇ ਦੇਖੋਗੇ 599 ਤੋਂ ਲੈ ਕੇ 11,800 ਤੱਕ ਦਾ ਇਹ ਕੋਰਸ ਆ ਜਿਹੜਾ ਤੁਸੀਂ ਸੈੱਲ ਕਰਨਾ। ਇਹਦੇ 'ਚ ਐਕਟਿਵ ਅਤੇ ਪੈਸਿਵ ਦੋਨੇ ਪ੍ਰੋਫਿਟ ਆ। ਕੋਈ ਲੋਸ ਵਾਲਾ ਤਾਂ ਯਾਰ ਵਰਕਾ ਹੀ ਪਾੜ ਦਿਉ, ਹੈ ਨਾ। ਇੱਕ ਤਾਂ ਬੰਦਾ ਹੁੰਦਾ ਵੀ ਕਹਿੰਦਾ ਦਰੱਖਤਾਂ ਨੂੰ ਲੱਗੇ ਲਾਈ ਜਾਂਦਾ, ਇੱਕ ਕਮਰੇ 'ਚ ਬਹਿ ਕੇ ਆਈ ਲਾਉਣੇ ਆ। ਜੇ ਦਿਮਾਗ ਦਾ ਦਿਮਾਗ ਤੋਂ ਕੰਮ ਲਾਵਾਂਗੇ ਆਪਾਂ, ਅੱਗੇ ਗੱਲ ਲਾਉਂਦਾ, ਸਿੰਪਲ ਜੀ ਗੱਲ ਆ। 599 ਦਾ ਇੱਕ ਕੋਰਸ, ਜੇ ਤੁਸੀਂ 599 ਦਾ ਕੋਰਸ ਮੈਂ ਖਰੀਦ ਲਿਆ, ਮੰਨ ਲਓ ਮੈਂ ਅੱਗੇ ਸੇਲ ਕਰਦਾ, ਤਾਂ ਮੈਨੂੰ 400 ਰੁਪਈਆ ਉਹਦੇ 'ਚੋਂ ਪ੍ਰੋਫਿਟ ਆਊਗਾ। ਐਕਟਿਵ 400 ਰੁਪਈਆ ਮੇਰੇ ਖਾਤੇ 'ਚ ਆ ਗਿਆ, 400 ਰੁਪਈਆ ਮੈਨੂੰ ਆ ਗਿਆ ਜਿਹਨੂੰ ਮੈਂ ਵੇਚਿਆ। ਜੇ ਉਹ ਬੰਦੇ ਨੇ ਗਾਂਹ ਵੇਚਤਾ, ਜਦੋਂ ਉਹ ਗਾਂਹ ਵੇਚੂਗਾ ਨਾ, ਤਾਂ ਉਹਦਾ ਮੱਲੋ ਮੱਲੀ 100 ਰੁਪਈਆ ਕੱਟ ਕੇ ਮੇਰੇ ਖਾਤੇ 'ਚ ਆ ਜਾਣਾ। ਉਹ ਲੇਖਾ ਜੋਖਾ ਯਾਰ ਕੰਪਨੀ ਆਪੇ ਕਰਦੀ ਹੈ। ਮਤਲਬ ਕਿ ਇਕੱਠਾ ਹੋ ਕੇ 500 ਬਣ ਗਿਆ ਮੇਰਾ, ਜਿਹਨੂੰ ਮੈਂ ਵੇਚਿਆ ਉਹ ਤੋਂ 400 ਆ ਗਿਆ, ਜਿਹਨੇ ਗਾਂਹ ਵੇਚਿਆ ਉਹ ਤੋਂ ਮੈਨੂੰ 100 ਮੁਫਤ ਦਾ ਆ ਗਿਆ। ਇੱਕ ਤਾਂ ਕੋਰਸ ਮੈਂ ਵੇਚਿਆ, ਸੈੱਲ ਕੀਤਾ, ਫੋਨ ਦੀ ਵਰਤੋਂ ਕੀਤੀ, ਇੱਕ ਫੋਨ ਪਿਆ, ਮੈਂ ਸੁੱਤਾ ਪਿਆ, 100 ਰੁਪਈਆ ਮੈਨੂੰ ਸੁੱਤੇ ਪਏ ਨੂੰ ਬਣ ਗਿਆ, ਉਹ ਫਰੀ ਦਾ। ਐਕਟਿਵ ਅਤੇ ਪੈਸਿਵ ਦੋਨੇ ਪ੍ਰੋਫਿਟ ਆ, ਲੋਸ ਵਾਲੀ ਕੋਈ ਗੇਮ ਨਹੀਂ। ਮੇਨ ਗੱਲ ਆ, ਮੰਨ ਲਓ 400 ਰੁਪਈਏ ਦਾ ਪ੍ਰੋਫਿਟ ਆ 600 ਦੇ ਕੋਰਸ ਪਿੱਛੇ, ਮੈਂ 10 ਦਿਨ 'ਚ ਜੇ ਕਰਤੇ ਸੇਲ ਤਾਂ 4,000 ਰੁਪਈਏ ਬਣ ਗਏ ਮੁਫਤ ਦਾ, ਹੈ ਨਾ। ਅੱਗੇ ਗੱਲ ਕਰਾਂ, ਜਿਵੇਂ ਬਾਹਲਾ ਟਾਈਮ ਨਹੀਂ ਆਪਾਂ ਲੈਂਦੇ, 4130 ਵਾਲਾ ਕੋਰਸ ਆ, ਮਾੜਾ ਜਿਹਾ ਥੱਲੇ ਆ ਜਾਓ, 1299 2369 ਤੋਂ ਥੱਲੇ 4130 ਵਾਲਾ ਕੋਰਸ ਹੁੰਦਾ, ਜਿਹਦੇ 'ਚ ਜੇ ਮੈਂ 4130 ਵਾਲਾ ਕੋਰਸ ਮੈਂ ਲਿਆ, ਬੰਦੇ ਨੂੰ ਵੇਚਿਆ, 3,000 ਮੇਰੇ ਖਾਤੇ 'ਚ, ਇੱਥੇ ਹੀ ਪਹਿਲਾਂ ਤਾਂ ਮੇਰੇ ਵਰਗੇ ਨੂੰ ਪੂਰਾ ਐਂ ਕੰਮ ਹੋ ਜਾਂਦਾ ਵੀ 3,000 ਆ ਗਿਆ, ਅਤੇ ਉਦੋਂ ਬਾਅਦ ਵੀ ਨਹੀਂ ਮੈਨੂੰ ਪਤਾ ਹੁੰਦਾ ਉਹ ਗਾਂਹ ਵਾਲੇ ਬੰਦੇ ਨੇ ਜਦੋਂ ਵੇਚਤਾ ਉਹ 400 ਰੁਪਈਆ ਮੈਨੂੰ ਫੇਰ ਮੁੜਿਆ, 3400 ਰੁਪਈਆ ਹੋ ਗਿਆ। ਛੱਡ ਦਿਉ 400 ਸਾਈਡ 'ਤੇ ਰੱਖੋ, ਇਹ ਤਾਂ ਰੂੰਗੇ ਦੇ ਆ ਯਾਰ, ਉੱਤੇ ਉਤਲੇ ਆ ਜਿਹੜੇ ਬਾਨੇ ਆ। 3,000 ਆ, ਮੈਂ ਦਿਨ ਦੇ ਜੇ ਮੈਂ ਦਿਨ ਦੇ 15 ਵੇਚਦੇ, ਮੰਨ ਲਓ 15 ਬੰਦਿਆਂ ਨੂੰ ਵੇਚਦੇ, 45,000 ਰੁਪਈਆ ਬਣ ਗਿਆ ਇੱਕ ਦਿਨ ਦਾ। ਯਾਰ ਇੱਕ ਦਿਨ ਦਾ 45,000 ਰੁਪਈਆ ਇੱਕ ਨੰਬਰ ਦੇ ਵਿੱਚ, ਇੱਕ ਦਿਨ ਦਾ 45,000 ਬਹੁਤ ਔਖਾ ਕਮਾਉਣਾ ਜੇ ਆਪਾਂ ਕਮਾਉਣਾ ਹੋਵੇ ਤਾਂ। ਇੱਥੇ ਕੰਮ ਜਮ੍ਹਾਂ ਸੌਖਾ, ਪੱਖੇ ਜਾਂ ਕੂਲਰ ਮੂਹਰੇ ਜਾਂ ਏਸੀ ਜਿੱਥੇ ਬੈਠੇ ਹੋ ਬਹਿ ਕੇ ਕਮਾਉਣੇ ਆ। ਅਗਲੀ ਗੱਲ, ਐਕਟਿਵ ਤੋਂ ਮਾੜਾ ਜਿਹਾ ਗਾਹਾਂ ਆਵਾਂਗੇ ਪੈਸਿਵ, ਕੰਮ ਐਕਟਿਵ ਵਾਲਾ ਕਰਨਾ, ਇੱਕ ਵਾਰੀ ਕੋਰਸ ਵੇਚ ਦੇਣਾ ਜਦੋਂ ਗਾਹਾਂ ਵਾਲੇ ਨੇ ਵੇਚਤਾ। ਮੈਂ ਤੁਹਾਨੂੰ 4130 ਵਾਲੇ ਦੀ ਗੱਲ ਕਰਦਾ ਵੀ ਜੇ ਉਹਦੇ 15 ਸੇਲ ਕੀਤੇ 3,000 ਦੇ ਹਿਸਾਬ ਨਾਲ 45,000 ਰੁਪਈਆ ਆ ਗਿਆ, ਹਾਲਾਂਕਿ ਮੈਂ ਤੁਹਾਨੂੰ 40 ਤੋਂ 50 ਹਜ਼ਾਰ ਮਹੀਨੇ ਦੀ ਕਿਹਾ ਸੀ। ਅੱਗੇ ਸੁਣਿਆ ਹੁਣ ਪੈਸਿਵ ਦੇ ਵਿੱਚ, ਹੁਣ ਜਦੋਂ 3,000 ਜਿਹੜਾ ਪ੍ਰੋਫਿਟ ਮੈਨੂੰ ਹੋਇਆ ਜਦੋਂ ਉਹ ਬੰਦਾ ਗਾਂਹ ਕੋਰਸ ਵੇਚਦਾ, ਗਾਂਹ ਕੋਰਸ ਵੇਚਦਾ 400 ਰੁਪਈਆ ਮੈਨੂੰ ਆ ਗਿਆ, ਤਾਂ ਜੇ ਉਹ 10 ਬੰਦਿਆਂ ਨੂੰ ਉਹਨੇ ਵੇਚਤਾ ਤਾਂ 4,000 ਰੁਪਈਏ ਦਾ ਮੈਨੂੰ ਮੁਨਾਫਾ ਹੋਰ ਹੋ ਗਿਆ। ਉਹ ਮੰਨ ਲਓ 50,000 ਰੁਪਏ ਦੀ ਯਾਰ ਇੱਕ ਦਿਨ 'ਚ ਦਿਹਾੜੀ ਪੈ ਗਈ, ਕਿਹੜਾ ਬੰਦਾ 50,000 ਰੁਪਏ ਦੀ ਇੱਕ ਦਿਨ 'ਚ ਦਿਹਾੜੀ ਪਾਊ ਇੱਕ ਨੰਬਰ ਦੇ ਵਿੱਚ ਉਹ ਵੀ। ਅਤੇ ਐਂਡ 'ਤੇ ਆ ਗਿਆ ਫਿਰ ਜਿਹੜਾ ਸਾਰਿਆਂ ਦਾ ਗੁਰੂ ਆ, 11,800 ਵਾਲਾ ਕੋਰਸ ਆ, ਉਹ ਮੈਂ ਕੋਰਸ ਲਿਆ, ਕੋਰਸ ਵੇਚਿਆ, ਸਿੱਧਾ 9,000 ਦੀ ਐਂਟਰੀ ਖਾਤੇ 'ਚ। ਉਦੋਂ ਬਾਅਦ ਜਦੋਂ ਬੰਦੇ ਨੇ ਬਾਈ ਗਾਂਹ ਵੇਚਤਾ, ਉਹਦਾ 800 ਦਾ ਪ੍ਰੋਫਿਟ ਆ। ਹੁਣ ਗੁਣਾ ਸਾਡੀ ਮਾੜੀ ਆ, ਆਪ ਗੁਣਾ ਲਾ ਕੇ ਦੇਖ ਲਓ ਵੀ ਪੈਸੇ ਵਾਲੇ ਵੀ ਕਿੰਨੇ ਬਣ ਜਾਣੇ ਆ। ਫਿਰ ਕੰਮ ਮਾਲੂਮ ਆ, 11,000 ਵਾਲਾ ਆਖਰੀ ਜਿਹੜਾ ਕਹਿ ਦਈਏ ਪੀਕ 'ਤੇ ਆ, ਘਰੇ ਬੈਠਣਾ, ਘਰੇ ਬਹਿ ਕੇ ਕਮਾਉਣੇ। ਸਰਟੀਫਿਕੇਟ ਫਿਰ ਲਾ ਦਿੰਦਾ ਮੈਂ, ਸਰਟੀਫਿਕੇਟ ਦੇਖ ਲਓ, ਜਮ੍ਹਾਂ ਇੱਕ ਨੰਬਰ ਰੀਜਨਲ ਕੰਮ ਆ, ਕਰਕੇ ਦੇਖੋ, ਘਰੇ ਬਹਿ ਕੇ ਕਰਨਾ ਸੌਖਾ ਹੀ ਹੈ ਕੰਮ।
ਗੱਲ ਚੱਲਦੇ ਚੱਲਦੇ ਦਿਮਾਗ 'ਚ ਇੱਕ ਗੱਲ ਹੋਰ ਆਉਂਦੀ ਹੋਊ, ਉਹ ਵੀ ਕਲੀਅਰ ਕਰਦਾ ਮੈਂ, ਇਹ ਆਉਂਦੀ ਹੋਊ ਮੰਨ ਕੇ ਚੱਲੋ ਛੋਟੀ, ਪਹਿਲਾਂ ਸਭ ਤੋਂ ਛੋਟੀ ਗੱਲ ਕਰਦਾ ਮੈਂ, 600 ਰੁਪਏ ਵਾਲਾ ਕੋਰਸ ਖਰੀਦ ਲਿਆ, 600 ਵਾਲਾ ਮੈਂ ਗਾਂਹ ਵੇਚਤਾ, ਤੁਸੀਂ ਕਹੋਗੇ ਤੁਸੀਂ ਤਾਂ ਕੋਰਸ ਤਾਂ ਆਪਣੇ ਕੋਲੋਂ ਵਿਕ ਗਿਆ, ਆਪਾਂ ਨੂੰ ਦੁਬਾਰਾ ਪਰਚੇਜ਼ ਕਰਨਾ ਪਊ, ਦੁਬਾਰਾ ਲੈਣਾ ਪਊ, ਯਾਰ ਦੁਬਾਰਾ ਨਹੀਂ ਲੈਣਾ, ਇੱਕ ਵਾਰੀ ਮੰਨ ਲਓ ਮੈਂ 600 ਵਾਲਾ, 1299 ਵਾਲਾ, ਚਾਹੇ 11800 ਵਾਲਾ ਕੋਰਸ, ਜਿੰਨੇ ਵਾਲਾ ਆਪਣੀਆਂ ਤੁਹਾਡੇ ਲੜੀ ਚੱਲ ਰਹੀ, ਜਿੰਨੇ ਵਾਲਾ ਤੁਸੀਂ ਕੋਰਸ ਲਿਆ ਲਾਈਫ ਟਾਈਮ ਤੁਹਾਡੇ ਕੋਲ ਰਹਿਣਾ, ਚਾਹੇ ਜਿੰਨਿਆਂ ਨੂੰ ਦਿਨ 'ਚ 10 ਨੂੰ ਵੇਚ ਦਿਓ, ਦਿਨ 'ਚ 20 ਨੂੰ ਵੇਚ ਦਿਓ, ਉਹ ਤੁਹਾਡੇ 'ਤੇ ਆ ਯਾਰ, ਉਹ ਤੁਹਾਡੀ ਹਿੰਮਤ ਆ, ਪਰ ਘਰੇ ਬਹਿ ਕੇ ਹੀ ਆ ਕੰਮ, ਕੋਈ ਔਖਾ ਨਹੀਂ, ਕੋਰਸ ਤੁਹਾਡੇ ਕੋਲ ਹੀ ਰਹਿਣਾ, ਸਾਰੀ ਉਮਰ ਰਹਿਣਾ, ਉਹ ਤੁਹਾਡੀ ਇੱਕ ਆਪਦੀ ਕਹਿੰਦੀ ਕੰਪਨੀ ਬਣ ਜਾਣੀ, ਜਦੋਂ ਤੁਸੀਂ ਉਹਦੇ 'ਚ ਜੁਆਇਨ ਹੋ ਗਏ ਤੁਸੀਂ ਮਾਲਕ ਹੋ ਯਾਰ, ਕਿਸੇ ਥੱਲੇ ਕੰਮ ਨਹੀਂ ਕਰਨਾ, ਜਦੋਂ ਇੱਕ ਵਾਰੀ ਕੋਰਸ ਖਰੀਦ ਲਿਆ ਤੁਹਾਡਾ ਆਪਦਾ ਕੋਰਸ ਆ, ਜਿੰਨਿਆਂ ਨੂੰ ਮਰਜ਼ੀ ਵੇਚੀ ਜਾਓ, ਐਂ ਨਾ ਸੋਚਿਓ ਵੀ ਕੋਰਸ ਦੁਬਾਰਾ ਤੁਹਾਨੂੰ ਲੈਣਾ ਪਊ, ਫਿਰ ਤਾਂ ਆਪਾਂ ਅੱਗੇ ਵਧਣਾ ਹੀ ਨਹੀਂ, ਪ੍ਰੋਫਿਟ ਆਈ ਹੋਣਾ ਇਹਦੇ 'ਚ, ਇੱਕ ਵਾਰੀ ਕੋਰਸ ਲੈ ਲਿਆ ਜਿੰਨਿਆਂ ਨੂੰ ਮਰਜ਼ੀ ਵੇਚੀ ਜਾਓ, ਲਾਈਫ ਟਾਈਮ ਤੁਹਾਡੇ ਕੋਲ ਸੰਪਤੀ ਜਿਹੜੀ ਆ ਬਣ ਜਾਣੀ ਹੈ, ਮੇਨ ਗੱਲ ਜਿਹੜੀ ਆ। ਮੰਨ ਲਓ 11800 ਵਾਲਾ ਕੋਰਸ ਲੈ ਲਿਆ ਮੈਂ, ਉਹਦੇ ਵਿੱਚ 11800 'ਚ ਇਕੱਲਾ ਮੈਨੂੰ ਆਖਰਲਾ ਨਹੀਂ ਮਿਲਣਾ, ਜਿਹੜਾ ਤੁਸੀਂ ਦੇਖ ਰਹੇ ਹੋ ਇਕੱਲਾ ਵੀ 11000 ਵਾਲੇ ਮਿਲਿਆ ਮੈਨੂੰ, ਉੱਤੇ ਵਾਲੇ ਜਿੰਨੇ ਵੀ ਆ, ਜਿੰਨੇ ਕੋਰਸ ਤੁਹਾਨੂੰ ਦਿਖ ਰਹੇ 600 ਤੋਂ ਲੈ ਕੇ 11800 ਤੱਕ ਵਾਲੇ ਸਾਰੇ ਮਿਲ ਜਾਣੇ ਆ। ਜਿਹੜਾ ਬੰਦਾ ਮੈਨੂੰ ਫੋਨ ਕਰੂ ਬਾਈ 600 ਵਾਲਾ, 1300 ਵਾਲਾ, 2369, 4130, 8200, ਜਿਹੜਾ ਕੋਰਸ ਬਾਈ ਮੰਗੂਗਾ ਮੈਂ ਠਾ ਦਿੰਦੇ ਅਗਲੇ ਨੂੰ, ਕਹਿ ਦੇਣਾ ਬਾਈ ਐਂ ਕਰਕੇ ਕੋਰਸ ਤੈਨੂੰ ਮਿਲ ਗਿਆ। ਐਕਟਿਵ ਤੇ ਪੈਸਿਵ, ਜਿਹੜੇ ਪੈਸੇ ਯਾਰ ਰੁਪਈਏ ਮੈਨੂੰ ਬਣੀ ਜਾਣੇ ਆ। ਐਕਟਿਵ ਕੀ ਆ, ਕੋਰਸ ਮੇਰੇ ਕੋਲ ਸੀਗਾ ਮੈਂ ਬੰਦੇ ਨੂੰ ਵੇਚਤਾ, ਐਕਟਿਵ ਰੁਪਈਏ ਉਹਦੀ ਆ ਗਏ, ਉਦੋਂ ਬਾਅਦ ਮੈਂ ਸੁੱਤਾ ਪਿਆ ਜਾਂ ਫੋਨ ਮੇਰਾ ਕਿੱਥੇ ਪਿਆ, ਮੈਨੂੰ ਬਿੱਲ ਹੀ ਆਉਣੀ ਆ, ਪੈਸੇ ਵਾਲੇ ਰੁਪਈਏ ਮੇਰੇ ਉਵੇਂ ਬਣੀ ਜਾਣੇ, ਉੱਥੇ ਮੈਂ ਫੋਨ ਨੂੰ ਮਿਲਿਆ ਖਲਾਉਣਾ ਯਾਰ, ਗੱਲ ਹੀ ਮੁੱਕ ਗਈ, ਖੇਡਾਂ ਹੀ ਮੁੱਕ ਗਿਆ, ਉਹ ਤੁਹਾਡੇ ਫਰੀ ਦੇ ਰੂੰਗੇ ਦੇ ਆ। ਇਹ ਕਰੂੰਗਾ ਹੋਰ ਆ, ਜਿਹੜੀ ਕੰਪਨੀ ਵੱਲੋਂ ਆਉਂਦਾ ਉਹ 1000-2000 'ਚ ਨਹੀਂ ਆਉਂਦਾ, ਵੱਡੀਆਂ ਸਾਮੀਆਂ 'ਚ ਆਉਂਦਾ। ਜੇ ਮੰਨ ਲਓ 50000 ਰੁਪਈਆ ਤੁਸੀਂ ਕਮਾ ਲਿਆ, ਮੈਂ ਤੁਹਾਨੂੰ ਦੱਸਿਆ ਸੀ ਵੀ ਇੱਕ ਦਿਨ 'ਚ 50000 ਰੁਪਈਆ ਆਪਾਂ ਕਮਾ ਸਕਦੇ ਹਾਂ, ਜੇ 50000 ਰੁਪਈਆ ਆਪਾਂ ਕਮਾ ਲਿਆ ਤਾਂ ਕੰਪਨੀ ਵੱਲੋਂ ਵਾਚ ਆਪਾਂ ਨੂੰ ਗਿਫਟ ਆ, ਜਿਵੇਂ ਫਰੀ ਹੈ, ਉਦੋਂ ਮਾੜਾ ਉੱਤੇ ਆ ਜਾਓਗੇ ਕੰਪਨੀ ਵਧਾ ਦੂਗੀ, ਆਈਫੋਨ ਗਿਫਟ ਕਰ ਦੂ। ਆਈਫੋਨ ਤਾਂ ਹੁਣ ਹਰੇਕ ਆਪਣੇ ਅੱਗੇ ਦਾ ਸ਼ੌਂਕ ਹੀ ਆ ਵੀ ਲੈਣਾ 12 ਜਾਂ 13 ਪਰ, ਉਹ ਪਤਾ ਨਹੀਂ ਹੁਣ ਟੋਪ ਲੈਵਲ ਹੀ ਭੇਜਣਾ ਅਗਲਿਆਂ ਨੇ, ਅਤੇ ਉਦੋਂ ਗਾਂਹ ਮਾੜਾ ਜਿਹਾ ਆ ਜਾਓਗੇ ਬਈ, ਜਿਵੇਂ ਜਿਵੇਂ ਤੁਰੇ ਜਾਓਗੇ ਸਟੇਜਾਂ ਪਾਰ ਕਰੀ ਜਾਓਗੇ, ਕੰਪਨੀ ਖੁਸ਼ ਹੋ ਕੇ ਕੌਣ ਆਪਾਂ ਰੂੰਗਾ ਬਣਦੀ ਰਹਿੰਦੀ ਹੈ, ਟ੍ਰਿਪ ਭੇਜਦੀ ਆ, ਘੁੰਮਣ ਜਾ ਵੜੋਗੇ, ਕੋਈ ਵੀ ਚੀਜ਼ ਆ ਯਾਰ, ਜਿਹੜੀ ਚੀਜ਼ ਖੁਸ਼ ਹੋ ਕੇ ਤੁਹਾਡੇ ਉਹਨਾਂ ਦੇ ਮਨਪਸੰਦ ਦਿਲ ਨੂੰ ਲੱਗੀ ਤਾਂ ਤੁਹਾਡੀ ਪਰਫੋਰਮੈਂਸ ਦੇਖ ਕੇ ਤੁਹਾਨੂੰ ਉਹਨਾਂ ਨੇ ਭੇਜ ਦੇਣਾ, ਤੁਹਾਡਾ ਰੂੰਗਾ ਬਣ ਕੇ ਆਉਣਾ ਵਾਪਸ। ਮੇਨ ਗੱਲ ਆ ਘਰੇ ਬਹਿ ਕੇ ਕੰਮ ਕਰਨਾ ਅਤੇ ਸ਼ੇਅਰ ਕਰਨੀ ਵੀਡੀਓ ਦੱਬ ਕੇ, ਅਤੇ ਖਿੱਚ ਦਿਓ ਕੰਮ, ਐਕਟਿਵ ਪੈਸਿਵ ਦੋਨੇ ਪ੍ਰੋਫਿਟ ਜਾਂ ਲੋਸ ਵਾਲਾ ਇਹ 'ਚੋਂ ਪਤਾ ਹੀ ਕੱਟ ਲਓ। ਗੱਲ ਜਿਹੜੀ ਦਿਮਾਗ 'ਚ ਆਉਂਦੀ ਤੁਹਾਡੇ ਵੀ ਕੰਮ ਕਿਹਦਾ, ਕੰਮ ਕਿਸੇ ਦਾ ਨਹੀਂ, ਕਿਸੇ ਦੀ ਪ੍ਰਮੋਸ਼ਨ ਨਹੀਂ ਕਰਦਾ ਮੈਂ, ਆਪਦੀ ਪ੍ਰਮੋਸ਼ਨ ਕਰਦਾ, ਮੇਰਾ ਕੰਮ ਆ ਬਈ, ਆਪਦਾ ਖੁਦ ਦਾ ਕੰਮ ਆ, ਖੁਦ ਦੇ ਕੰਮ 'ਚ ਤੁਹਾਨੂੰ ਕਹਿੰਦਾ ਨਵੇਂ ਇਨਵੀਟੇਸ਼ਨ ਕਾਰਡ ਭੇਜਿਆ ਵੀ ਆਓ, ਵਟਸਐਪ ਨੰਬਰ ਚੈਨਲ 'ਤੇ ਵੀ ਹੈ, ਥੱਲੇ ਵੀ ਚੱਲ ਰਿਹਾ, ਅਤੇ ਸਕਰੀਨਸ਼ੋਟ ਵੀ ਲਾ ਤੇ ਮੈਂ, ਸਕਰੀਨਸ਼ੋਟ ਚੈੱਕ ਕਰ ਲਓ, ਵਟਸਐਪ 'ਤੇ ਮੈਸੇਜ ਕਰੋ, ਵਟਸਐਪ 'ਤੇ ਜੋ ਤੁਸੀਂ ਮੈਨੂੰ ਮੈਸੇਜ ਕਰੋਗੇ ਇੱਕ ਗ੍ਰੀਟਿੰਗ ਮੈਸੇਜ ਆਊਗਾ, ਉਹਦੇ ਵਿੱਚ ਤੁਸੀਂ ਆਪਦਾ ਨਾਮ, ਪਤਾ, ਜੋ ਜੋ ਚੀਜ਼ਾਂ ਪੁੱਛੀਆਂ ਤੁਸੀਂ ਸਾਰੀਆਂ ਮੈਨੂੰ ਭੇਜ ਦੇਣੇ, ਮੈਂ ਤੁਹਾਨੂੰ ਆਪਦੇ ਵੱਲੋਂ ਕਾਲ ਕਰੂੰਗਾ, ਵੋਇਸ ਕਾਲ ਕਰੂੰਗਾ, ਵੀਡੀਓ ਕਾਲ ਵੀ ਕਰੂੰਗਾ, ਸਾਰੀ ਚੀਜ਼ ਇਕੱਲੀ ਇਕੱਲੀ ਯਾਰ, ਜਿਵੇਂ ਜਿਵੇਂ ਪੌੜੀ ਵਾਈਜ਼ ਪੌੜੀ ਸਾਰੀ ਸਮਝਾਊਂਗਾ। ਆਖਰ 'ਤੇ ਕੰਮ ਆ ਤੁਹਾਡਾ ਪੈਸੇ ਕਮਾਉਣਾ, ਤੁਹਾਨੂੰ ਮੈਂ ਆਪ ਕਾਲ ਕਰੂੰਗਾ, ਆਪ ਤੁਹਾਨੂੰ ਸਾਰੀ ਚੀਜ਼ ਦੱਸੂੰਗਾ, ਤੁਸੀਂ ਸਾਡੇ ਗਾਹਕ ਹੋ। ਕੰਮ ਮੇਰਾ, ਮੈਂ ਫਿਰ ਕਹਿੰਦਾ ਕੰਮ ਮੇਰਾ, ਕਿਸੇ ਦੀ ਮੈਂ ਪ੍ਰਮੋਸ਼ਨ ਨਹੀਂ ਕਰਨ ਲੱਗਾ, ਆਪਦਾ ਕੰਮ, ਸਾਰੀ ਗੇਮ ਸਮਝ ਕੇ ਪੈਸੇ ਕਮਾਉਣ ਵਾਲੇ ਬਣੋ, ਅੱਜ ਤੋਂ ਹੀ ਲੱਗੋ। ਓਕੇ ਯਾਰ।